ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਵੱਲੋਂ ਆਪਾਂ ਖਾਲਸਾ ਏਡ ਦੇ ਸਟੂਡੀਓ ਵਿੱਚ ਇਸ ਵੇਲੇ ਯੂਕੇ ਦੇ ਵਿੱਚ ਬੈਠੇ ਹਾਂ ਮੈਂ ਹਰਜਾਪ ਸਿੰਘ ਪੰਗਲ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਇੱਥੇ ਇੰਗਲੈਂਡ ਦਾ ਵਕੀਲ ਹਾਂ ਟੀਵੀ ਸ਼ੋਅ ਹੋਸਟ ਵੀ ਹਾਂ ਤੇ ਮੈਂ ਰਵੀ ਸਿੰਘ ਜੀ ਦੇ ਖਾਲਸਾ ਏਡ ਜੀ ਦੇ ਇਨਵੀਟੇਸ਼ਨ ਤੇ ਮੈਂ ਆਇਆ ਤੇ ਅੱਜ ਆਪਾਂ ਪ੍ਰੋਗਰਾਮ ਤੁਹਾਨੂੰ ਲੈ ਕੇ ਜਾ ਆ ਰਹੇ ਹਾਂ ਜੀ ਕਿ ਹੋ ਕੀ ਰਿਹਾ ਇਸ ਵੇਲੇ ਕਿਸਾਨ ਮੋਰਚੇ ਦੇ ਵਿੱਚ ਤੇ ਜੋ ਆਪਣੇ ਕਿਸਾਨ ਆ ਉਹਨਾਂ ਦਾ ਕੀ ਹਾਲ ਚਾਲ ਆ ਗਰਾਊਂਡ ਲੈਵਲ ਤੇ ਕੀ ਆ ਮੰਗਾਂ ਕੀ ਆ ਗਵਰਨਮੈਂਟ ਦੀ ਪੋਜੀਸ਼ਨ ਕੀ ਆ ਤਾਂ ਪਹਿਲਾਂ ਤਾਂ ਸਾਰਿਆਂ ਨੂੰ ਸਵਾਗਤ ਕਰਦੀਏ ਰਵੀ ਸਿੰਘ ਜੀ ਨੂੰ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਦੀਪ ਸਿੱਧੂ ਜੀ ਜੋ ਕਿ ਇਸ ਵੇਲੇ ਮੋਰਚੇ ਦੇ ਵਿੱਚ ਬੈਠੇ ਆ ਉਹਨਾਂ ਨੂੰ ਸਵਾਗਤ ਦੀਪ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਤੇ ਪਹਿਲਾਂ ਤਾਂ ਆਪਾਂ ਰਵੀ ਸਿੰਘ ਨਾਲ ਜੀ ਗੱਲ ਕਰੀਏ ਰਵੀ ਸਿੰਘ ਜੀ ਵਟਸ ਦ ਲੇਟੈਸਟ ਪੋਜੀਸ਼ਨ ਜਿਸ ਤੱਕ ਤੁਹਾਨੂੰ ਜਾਣਕਾਰੀ ਹੈ ਤੇ ਜਿੱਥੇ ਏਡ ਤੇ ਸਪੋਰਟ ਦੀ ਗੱਲ ਜਾ ਰਹੀ ਹੈ ਜੋ ਕਿ ਤੁਸੀਂ ਦੇ ਰਹੇ ਹੋ ਕਿਸਾਨਾਂ ਨੂੰ ਵਟਸ ਯੋਰ ਲੇਟੈਸਟ ਪੋਜੀਸ਼ਨ ਔਨ ਦੈਟ ਤੁਹਾਡੀ ਪੋਜੀਸ਼ਨ ਭਈ ਕਬੇ ਹੀ ਮੈਨੇ ਤੇਰੀ ਜਿਹੜੀ ਮਨੁੱਖਤਾ ਦੀ ਸੇਵਾ ਤੌਰ ਤੇ ਬਾਹਰ ਜੇ ਸੇਵਾ ਚੱਲ ਰਹੀ ਹੈ ਕਈ ਜਥੇਬੰਦੀਆਂ ਵੱਲੋਂ ਜੀ ਤੇ ਮੇਰਾ ਖਿਆਲ ਜਿਹੜੇ ਕਿਸਾਨ ਉੱਥੇ ਆ ਰਹੇ ਆ ਦਿੱਲੀ ਨੂੰ ਜਾਂ ਹੋਰ ਬਾਰਡਰਾਂ ਤੇ ਉਹਨਾਂ ਨੂੰ ਪਤਾ ਭਈ ਉੱਥੇ ਲੰਗਰ ਚੱਲੂਗੇ ਸਾਰਾ ਕੁਛ ਮਿਲ ਰਿਹਾ ਕੱਪੜਾ ਮਿਲ ਰਿਹਾ ਕੰਬਲ ਮਿਲ ਰਿਹਾ ਹੈ ਸਹੂਲਤਾਂ ਹਰ ਤਰ੍ਹਾਂ ਦੀਆਂ ਸਹੂਲਤਾਂ ਹੁਣ ਟੋਇਲਟਸ ਵੀ ਕਾਫੀ ਬਿਲਡ ਕੀਤੀਆਂ ਆ ਤੇ ਕਾਫੀ ਵੱਡੇ ਵੱਡੇ ਜਿੱਦਾਂ ਭਈ ਰੈਸਟ ਘਰ ਵੀ ਬਣ ਰਿਹਾ ਉੱਥੇ ਜਿੱਦਾਂ ਤੰਬੂ ਬਹੁਤ ਵੱਡੇ ਵੱਡੇ ਹੁੰਦੇ ਮਾਰਕੀ ਸੋ ਹਰ ਤਰ੍ਹਾਂ ਦੀਆਂ ਸਹੂਲਤਾਂ ਬਹੁਤ ਜਥੇਬੰਦੀਆਂ ਜਿੱਦਾਂ ਇੱਕ ਵੈਸਟਰਨ ਜਥੇਬੰਦੀਆਂ ਲੋਕਲ ਜਥੇਬੰਦੀਆਂ ਲੋਕਲ ਸੰਗਤ ਪਿੰਡਾਂ ਤੋਂ ਸ਼ਹਿਰਾਂ ਤੋਂ ਰਾਜਸਥਾਨ ਤੋਂ ਦਿੱਲੀ ਤੋਂ ਪੰਜਾਬ ਤੋਂ ਸੋ ਬਹੁਤ ਸੇਵਾ ਕਰ ਰਹੇ ਆ ਜਿਹੜਾ ਵੀ ਤੁਸੀਂ ਸਮਾਨ ਦੇਖਦੇ ਜਾਂ ਖਾਲਸਾ ਏਡ ਦੇ ਰਹੀ ਆ ਮੋਹਰੇ ਕੰਬਲ ਜਾਂ ਕੋਈ ਹੋਰ ਸਮਾਨ ਹੋਵੇ ਤੇ ਉਹ ਸਾਰਾ ਡੋਨੇਸ਼ਨ ਮੋਸਟਲੀ 80% ਡੋਨੇਸ਼ਨ ਆ ਸੰਗਤ ਨੇ ਡੋਨੇਟ ਕੀਤਾ ਤੁਹਾਨੂੰ ਇਹ ਨਹੀਂ ਪਏ ਅਸੀਂ ਖਰੀਦੇ ਤਾਂ ਹੀ ਅਸੀਂ ਕਿਹਾ ਸਾਨੂੰ ਡੋਨੇਸ਼ਨ ਕਰਨ ਦੀ ਲੋੜ ਨਹੀਂ ਪੈਸੇ ਦੀ ਠੀਕ ਹੈ ਕਿਉਂਕਿ ਇਹ ਸਾਨੂੰ ਸੰਗਤ ਬਹੁਤ ਜੈਨਰਸਲੀ ਦੇ ਰਹੇ ਆ ਠੀਕ ਹੈ ਸੋ ਸੰਗਤ ਤਾਂ ਸਾਰੇ ਪਾਸੇ ਨਾਲ ਆ ਤੁਸੀਂ ਸੰਗਤ ਦਾ ਹੀ ਦਿੱਤਾ ਗਾਹਾਂ ਦੇ ਰਹੇ ਸੰਗਤ ਸਾਰਾ ਕੁਝ ਸੰਗਤ ਨੇ ਕਿਹਾ ਹੈ ਤੇ ਸਾਡੇ ਸੇਵਾਦਾਰਾਂ ਨੇ ਓਕੇ ਸੋ ਸੇਵਾਦਾਰ ਜਿਹੜੇ ਭਾਈ ਇਕੱਲੇ ਖਾਲਸਾ ਏਡ ਦੇ ਨਹੀਂ ਭਾਈ ਹੋਰ ਵੀ ਸੇਵਾਦਾਰ ਬਹੁਤ ਚੜ੍ਹਦੀ ਕਲਮ ਮੋਹਰੇ ਆ ਕੇ ਸੇਵਾ ਕਰ ਰਹੇ ਆ ਸੋ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਪਰ ਮੇਰੇ ਖਿਆਲ ਹੌਲੀ ਹੌਲੀ ਜਿੰਨਾ ਵੀ ਜਿੰਨਾ ਚਿਰ ਮੋਰਚਾ ਚੱਲੀ ਜਾਂਦਾ ਓਨੀਆਂ ਪਈ ਜਿਹੜੀਆਂ ਸਹੂਲਤਾਂ ਆ ਹੋਰ ਵੀ ਜਿਹੜਾ ਪਈ ਜਿਹੜੀਆਂ ਉੱਥੇ ਫੈਸਿਲਿਟੀ ਦੀ ਇੰਪਰੂਵ ਹੋ ਜਾਂਦੀਆਂ ਠੀਕ ਹੋ ਜਾਂਦੀਆਂ ਹੋਰ ਵੀ ਜਿੱਦਾਂ ਰੋਜ਼ ਹੀ ਕੋਈ ਨਾ ਕੋਈ ਨਵਾਂ ਕੋਈ ਗਰੁੱਪ ਆ ਕੇ ਹੋਰ ਜਿੱਦਾਂ ਵੀ ਸੇਵਾ ਦਾ ਗਰੁੱਪ ਆ ਕੇ ਕੋਈ ਸੇਵਾ ਕਰ ਰਹੇ ਆ ਸੋ ਬਹੁਤ ਹੀ ਚੜ੍ਹਦੀ ਕਲਾ ਸੇਵਾ ਚੱਲ ਰਹੀ ਆ ਕੈਂਪਾਂ ਦੇ ਵਿੱਚ ਦੀਪ ਜੀ ਅਗਰ ਅਸੀਂ ਤੁਹਾਡੇ ਵੱਲ ਆਈਏ ਕਿਉਂਕਿ ਤੁਸੀਂ ਮੋਰਚੇ ਦੇ ਵਿੱਚ ਬੈਠੇ ਆ ਇਸ ਵੇਲੇ ਜਿਹੜੇ ਸਾਡੇ ਕੁਛ ਯੰਗਸਟਰਸ ਆ ਜਾਂ ਇੱਥੇ ਯੂਕੇ ਯੂਐਸਏ ਕੈਨੇਡਾ ਦੇ ਵਿੱਚ ਹੈਗੇ ਆ ਆਸਟ੍ਰੇਲੀਆ ਦੇ ਵਿੱਚ ਜੋ ਜਿਹਨਾਂ ਨੂੰ ਕੁਛ ਜ਼ਿਆਦਾ ਪਤਾ ਨਹੀਂ ਇਸ ਬਾਰੇ ਇਸ਼ੂ ਬਾਰੇ ਜਾਂ ਕੁਡ ਵਾਂਟ ਬਿਟ ਮੋਰ ਇਨਫੋਰਮੇਸ਼ਨ ਹੋਣੇ ਤੁਸੀਂ ਖੁਦ ਵੀ ਵਕੀਲ ਹੋ ਸੋ ਆਪਾਂ ਥੋੜੀਆ ਵਕਾਲਤ ਦੀ ਲੈਂਗੁਏਜ ਵਿੱਚ ਨਹੀਂ ਪਰ ਥੋੜੀਆ ਦੇਸੀ ਜੇ ਲੈਂਗੁਏਜ ਵਿੱਚ ਜਿੱਦਾਂ ਲਾਅ ਮੇਡ ਈਜ਼ੀ ਕੱਲੇ ਲੇਮੈਨਸ ਟਰਮਸ ਵਿੱਚ ਗੱਲ ਕਰ ਲਈਏ ਕਿ ਐਕਚੁਅਲੀ ਇਸ਼ੂਜ਼ ਕੀ ਆ ਇਸ ਵੇਲੇ ਔਨ ਦਾ ਗਰਾਊਂਡ ਐਂਡ ਵਾਟ ਆਰ ਦਾ ਫਾਰਮਰਸ ਇਸ਼ੂਜ਼ ਐਂਡ ਵਾਟ ਆਰ ਦਾ ਗਵਰਨਮੈਂਟਸ ਇਸ਼ੂਜ਼ ਅਗਰ ਤੁਸੀਂ ਥੋੜਿਆ ਇਹਦਾ ਕੈਪ ਦੇ ਦਿਓ ਸਾਨੂੰ ਰੀਕੈਪ ਹਾਂਜੀ ਮੈਂ ਸਟਾਰਟ ਕਰਦਾ ਜੀ ਪਹਿਲੀ ਗੱਲ ਤਾਂ ਮੈਂ ਇਹ ਕਹਿਣੀ ਆ ਜੋ ਖਾਲਸਾ ਏਡ ਇੱਥੇ ਕਰ ਰਹੀ ਆ ਔਨ ਗਰਾਊਂਡ ਐਂਡ ਜੋ ਰਵੀ ਬਾਈ ਦੀ ਸਾਰੀ ਟੀਮ ਕਰ ਰਹੀ ਆ ਦੈਟਸ ਕਮੈਂਡਬਲ ਯੂ ਨੋ ਔਰ ਹੋਰ ਵੀ ਬਹੁਤ ਜਥੇਬੰਦੀਆਂ ਕਰ ਰਹੀਆਂ ਉਹਨਾਂ ਨੂੰ ਵੀ ਸਾਰਿਆਂ ਨੂੰ ਅਸੀਂ ਸਲਾਮ ਕਰਦੇ ਹਾਂ ਤਹਿ ਦਿਲੋਂ ਸਲਾਮ ਕਰਦੇ ਹਾਂ ਪਰ ਜਿਵੇਂ ਖਾਲਸਾ ਏਡ ਨੇ ਰੋਲ ਨਿਭਾਇਆ ਥਰੂ ਆਊਟ ਦ ਐਜੀਟੇਸ਼ਨ ਇਟਸ ਜਸਟ ਨਾਟ ਹਿਅਰ ਥਰੂ ਆਊਟ ਤਿੰਨ ਸਾਢੇ ਤਿੰਨ ਮਹੀਨੇ ਹੋ ਗਏ ਉਹ ਬਹੁਤ ਹੀ ਬਾਕਮਾਲ ਆ ਤੇ ਇਹੋ ਜਿਹਾ ਜਜ਼ਬਾ ਜਿੰਨੀ ਸੇਵਾ ਕੀਤੀ ਆ ਖਾਲਸਾ ਏਡ ਨੇ ਸੰਗਤ ਦੀ ਉਹ ਬਹੁਤ ਬਾਕਮਾਲ ਆ ਤੇ ਮੈਂ ਸਲਾਮ ਕਰਦਾ ਉਹ ਜਜ਼ਬੇ ਨੂੰ ਤੇ ਇੱਕ ਜਿਹੜੀ ਇਹਨਾਂ ਨੇ ਹਿਊਮੈਨਿਟੇਰੀਅਨ ਗਰਾਊਂਡ ਤੇ ਸਰਵਿਸ ਸ਼ੁਰੂ ਕੀਤੀ ਆ ਜਿਹੜੀ ਸਾਡੇ ਸਿੱਖ ਧਰਮ ਚ ਤਾਂ ਤੁਹਾਨੂੰ ਪਤਾ ਸਾਡਾ ਫਲਸਫਾ ਹੀ ਇਹ ਆ ਭਾਈ ਘਨੱਈਆ ਜੀ ਨੇ ਜਿਵੇਂ ਉੱਥੇ ਤਾਂ ਉਹ ਕਿਸੇ ਨੂੰ ਦੁਸ਼ਮਣ ਵੀ ਨਹੀਂ ਸਮਝਦੇ ਹੁੰਦੇ ਸੀ ਤਾਂ ਅਸੀਂ ਤਾਂ ਉਸ ਫਲਸਫੇ ਦੇ ਜਾਂ ਉਹਨਾਂ ਜਿਹੜੇ ਸਾਡੇ ਸਿਧਾਂਤਾਂ ਦੇ ਲੋਕ ਆ ਸੋ ਐਨੀਵੇਜ਼ ਔਨ ਗਰਾਊਂਡ ਪਹਿਲਾਂ ਤਾਂ ਆਪਾਂ ਇਸ਼ੂਜ਼ ਦੀ ਗੱਲ ਕਰੀਏ ਦੇਖੋ ਇੰਡੀਆ ਚ ਨਿਊ ਫਾਰਮਰ ਲਾਜ਼ ਇੰਪਲੀਮੈਂਟ ਹੋ ਗਏ ਹਨਾ ਨਿਊ ਫਾਰਮਰ ਲਾਜ਼ ਇੰਪਲੀਮੈਂਟ ਹੋ ਗਏ ਜਿਹੜੀ ਕਿ ਸਿੱਧੇ ਤੌਰ ਤੇ ਕਾਰਪੋਰੇਟ ਆਬਜੈਕਟਿਵ ਵਾਸਤੇ ਬਣਾਏ ਗਏ ਆ ਕਾਰਪੋਰੇਟਸ ਨੂੰ ਅਕੋਮੋਡੇਟ ਕਰਨ ਵਾਸਤੇ ਬਣਾਏ ਗਏ ਆ ਕਾਰਪੋਰੇਟਸ ਨੂੰ ਕਹਿ ਦਈਏ ਆਪਾਂ ਕੈਪੀਟਲਿਸਟਿਕ ਸੋਸਾਇਟੀ ਨੂੰ ਸੋ ਕੈਪੀਟਲਿਸਟਿਕ ਸੋਸਾਇਟੀ ਨੂੰ ਅਕੋਮੋਡੇਟ ਕਰੋ ਉਹਦੇ ਚ ਕੋਈ ਪ੍ਰੋਬਲਮ ਨਹੀਂ ਆ ਪਰ ਕੈਪੀਟਲਿਸਟਿਕ ਸੋਸਾਇਟੀ ਨੂੰ ਅਕੋਮੋਡੇਸ਼ਨ ਆ ਜਿਹੜੀ ਉਹ ਐਟ ਦ ਕੋਸਟ ਆਫ ਪ੍ਰੋਬਬਲੀ ਵਾਟ ਯੂ ਕੈਨ ਸੇ ਯੂ ਨੋ ਸਪਰੈਸਿੰਗ ਸਮਬਡੀ ਐਂਡ
ਸਪੈਸ਼ਲੀ ਫਾਰਮਰ ਕਮਿਊਨਿਟੀ ਹਨਾ, ਉਹ ਉਹਨਾਂ ਨੂੰ ਦਬਾਉਣ ਚ ਜਾਂ ਉਹਨਾਂ ਨੂੰ ਕੁਚਲਣ ਚ ਤੁਸੀਂ ਇਹੋ ਜਿਹੀ ਪਾਲਿਸੀ ਇੰਪਲੀਮੈਂਟ ਕਰੋਗੇ ਜਿਹੜੀ ਕੱਲ ਨੂੰ ਉਹਨਾਂ ਦੀ ਸਪਰੈਸ਼ਨ ਲੈ ਕੇ ਆਉਂਦੀ ਆ, ਸਪਰੈਸ਼ਨ ਇਨ ਟਰਮਸ ਆਫ ਦੈਟ ਉਹਨਾਂ ਦਾ ਪੂਰਾ ਆਟੋਨਮਸ ਸਟਰਕਚਰ ਆ ਜਿਹੜਾ ਐਗਰੀਕਲਚਰ ਦਾ ਉਹੀ ਲੈ ਜਾਂਦੇ ਹੋ. ਸੋ ਇਹਦੇ ਅਗੇਂਸਟ ਇਹ ਆਵਾਜ਼ ਬੁਲੰਦ ਹੋਈ. ਸੋ ਇਨਫੈਕਟ ਗਵਰਨਮੈਂਟ ਨੇ ਤਿੰਨ ਫਾਰਮ ਜਿਹੜੇ ਲਾਜ਼ ਇੰਪਲੀਮੈਂਟ ਕੀਤੇ ਆ, ਉਹ ਇੱਕ ਪਾਲਿਸੀ ਇੰਪਲੀਮੈਂਟ ਹੋ ਗਏ, ਉਹ ਪਾਸ ਹੋ ਗਏ ਆ ਜਾਂ ਐਕਚੁਅਲੀ ਉਹ ਪ੍ਰੋਸੈਸ ਚ ਆ ਇਸ ਵੇਲੇ? ਹਾਂਜੀ ਹਾਂਜੀ, ਨਹੀਂ 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 ਜੀ, ਉਹ ਇੰਪਲੀਮੈਂਟ ਹੋ ਗਏ. ਔਰ ਜਿੱਦਾਂ ਹਾਂਜੀ ਜਿੱਦੇ ਪ੍ਰੈਜ਼ੀਡੈਂਟ ਨੇ ਅਸੈਂਟ ਦਿੱਤਾ ਸੀ, ਇੰਪਲੀਮੈਂਟੇਸ਼ਨ ਤਾਂ ਉਦਾਂ ਹੀ ਸ਼ੁਰੂ ਹੋ ਗਈ ਸੀ. ਸੋ ਵੱਖਰੇ ਵੱਖਰੇ ਟਾਈਮ ਵੱਖਰੇ ਵੱਖਰੇ ਸਟੇਟ ਚ ਇੰਪਲੀਮੈਂਟ ਹੋ ਗਏ ਆ. ਐਂਡ ਜਦੋਂ ਆਪਾਂ ਕਹਿੰਦੇ ਹਾਂ ਵੀ ਉਹ ਥ੍ਰੀ ਫਾਰਮਰ ਲਾਜ਼ ਆ, ਐਕਚੁਅਲੀ ਉਹ ਥ੍ਰੀ ਫਾਰਮਰ ਲਾਜ਼ ਯੂ ਨੋ ਚਾਹੇ ਵੱਖਰੇ ਹੋਣ ਪਰ ਉਹ ਇੱਕ ਪਾਲਿਸੀ ਦੀ ਤਰ੍ਹਾਂ ਦੇਖੀਏ ਤਾਂ ਉਹ ਇੱਕ ਪਾਲਿਸੀ ਆ ਜਿਹਦੇ ਚ ਪਹਿਲਾਂ ਉਹਨਾਂ ਨੇ ਕੀਤਾ ਜਿਹੜਾ ਸਾਡਾ ਫਸਲਾਂ ਦਾ ਮੰਡੀਕਰਨ ਹੁੰਦਾ ਸੀ ਜਾਂ ਉਹਨੂੰ ਮਾਰਕੀਟ ਸਪੇਸ ਸੀ ਜਿਹੜੀ ਸਾਡੇ ਜਿੱਥੇ ਅਸੀਂ ਫਸਲ ਆਪਦੀ ਕ੍ਰੋਪਸ ਲੈ ਕੇ ਜਾਂਦੇ ਸੀ ਉਹਨੂੰ ਡਾਇਲਿਊਟ ਕਰਤਾ ਪੁਰਾਣੇ ਸਿਸਟਮ ਹਨਾ, ਉਹਨੂੰ ਡਾਇਲਿਊਟ ਕਰਕੇ ਇੱਕ ਨਵੀਂ ਮੰਡੀ ਖੜੀ ਕਰਤੀ ਉਹਦੇ ਨਾਲ. ਦੂਜਾ ਪਾਲਿਸੀ ਦਾ ਅਸੀਂ ਇਹਦਾ ਰੁੱਖ ਦੇਖੀਏ ਤਾਂ ਉਹਨਾਂ ਨੇ ਕੀ ਕੀਤਾ, ਨਾਲ ਦੀ ਨਾਲ ਅਸੈਂਸ਼ੀਅਲ ਕਮੋਡਿਟੀ ਐਕਟ ਸਾਡੇ ਇੱਕ ਲਾਅ ਆ ਇੱਥੇ ਜਿਹਦੇ ਚ ਜ਼ਰੂਰੀ ਵਸਤਾਂ ਦਾ ਭੰਡਾਰੀ ਕਰਨਾ ਜਾਂ ਅਸੈਂਸ਼ੀਅਲ ਕਮੋਡਿਟੀ ਐਕਟ ਦੀ ਜਿਹੜੀ ਆਪਾਂ ਕਹਿ ਲਈਏ ਹੋਰਡਿੰਗ ਨੂੰ ਲੀਗਲ ਕਰਤਾ, ਜਮਾਖੋਰੀ ਨੂੰ ਹਨਾ ਉਹਨੂੰ ਲੀਗਲ ਕਰਤਾ. ਪਹਿਲਾਂ ਉਹ ਇੱਕ ਲਿਮਿਟ ਚ ਹੁੰਦੀ ਸੀ, ਲਿਮਿਟ ਤੋਂ ਬਾਅਦ ਕੋਈ ਜਮਾਖੋਰੀ ਕਰ ਨਹੀਂ ਸਕਦਾ ਸੀ. ਤੀਜਾ ਕੰਟਰੈਕਟ ਫਾਰਮਿੰਗ ਲੈ ਕੇ ਆਏ. ਸੋ ਇਹ ਪੂਰੀ ਇੱਕ ਪਾਲਿਸੀ ਇੰਪਲੀਮੈਂਟ ਹੋ ਗਈ. ਇਸ ਪਾਲਿਸੀ ਨੇ ਕੀ ਕਰਨਾ, ਇਸ ਪਾਲਿਸੀ ਨੇ ਇਕੱਲੇ ਫਾਰਮਰਸ ਨੂੰ ਨਹੀਂ ਅਫੈਕਟ ਕਰਨਾ ਜਾਂ ਫਾਰਮਰਸ ਦੀ ਆਟੋਨਮਸ ਸਟਰਕਚਰ ਸੀ ਜਿਹੜਾ ਐਗਰੀਕਲਚਰ ਦਾ ਉਹਨੂੰ ਨਹੀਂ ਅਫੈਕਟ ਕਰਨਾ, ਇਸ ਪਾਲਿਸੀ ਨੇ ਕੰਜ਼ਿਊਮਰ ਨੂੰ ਵੀ ਅਫੈਕਟ ਕਰਨਾ. ਔਰ ਬਹੁਤ ਬਹੁਤ ਆਪਾਂ ਕਹੀਏ ਉਹਦਾ ਇੰਪੈਕਟ ਬਹੁਤ ਵੱਡੇ ਤੌਰ ਤੇ ਕੰਜ਼ਿਊਮਰਸ ਤੇ ਵੀ ਆਉਣਾ ਜਾਂ ਕੱਲ ਨੂੰ, ਕਿਉਂਕਿ ਇਹਨਾਂ ਨੇ ਰਿਟੇਲ ਸੈਕਟਰ ਨੂੰ ਕੰਟਰੋਲ ਕਰਨ ਦੀ, ਇੰਡੀਆ ਦਾ ਜਿਹੜਾ ਰਿਟੇਲ ਸੈਕਟਰ ਹੈ ਨਾ ਉਹ ਆ 12,000 ਖਰਬ, ਯੂ ਨੋ ਦੈਟਸ ਹਿਊਜ, ਇਟਸ ਬਿਗੇਸਟ ਇਨ ਦਾ ਵਰਲਡ. ਸੋ ਜਦੋਂ ਰਿਟੇਲ ਨੂੰ ਕੰਟਰੋਲ ਕਰਨਾ ਤਾਂ ਰਿਟੇਲ ਦੀ ਪੂਰੀ ਚੇਨ ਕੰਟਰੋਲ ਕਰਨੀ ਆ, ਉਹ ਜਿੱਥੋਂ ਪ੍ਰੋਡਿਊਸ ਤੋਂ ਲੈ ਕੇ ਸ਼ੈਲਫ ਤੱਕ ਕੰਜ਼ਿਊਮਰ ਖਰੀਦਦਾ ਜਦੋਂ ਤੱਕ ਉਹ ਪੂਰੀ ਚੇਨ ਕੰਟਰੋਲ ਕਰਨੀ ਆ. ਸੋ ਵਟ ਦੇ ਡਿਡ, ਪਹਿਲਾਂ ਉਹਨਾਂ ਨੇ ਏ ਪੀ ਐਮ ਸੀ ਨੂੰ ਡਾਇਲਿਊਟ ਕਰਕੇ ਕਾਰਪੋਰੇਟ ਕੰਪਨੀਜ਼ ਜਾ ਕੇ ਆਪਦੀਆਂ ਮੰਡੀਆਂ ਖੋਲ ਸਕਦੀਆਂ ਜਾਂ ਆਪਦੀ ਖਰੀਦ ਕਰ ਸਕਦੀਆਂ, ਈਵਨ ਫਾਰਮਰਸ ਦੇ ਉਹਨਾਂ ਦੇ ਖੇਤਾਂ ਤੱਕ ਜਾ ਸਕਦੀਆਂ. ਸੋ ਪਹਿਲਾਂ ਤਾਂ ਉਹ ਪਾਲਿਸੀ ਲੈ ਕੇ ਆਏ. ਨਾਲ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਖਰੀਦ ਲਓ ਉਹਨਾਂ ਦੇ ਖੇਤਾਂ 'ਚ, ਉਹਨਾਂ ਦੇ ਘਰਾਂ 'ਚੋਂ ਖਰੀਦ ਲਓ, ਫਿਰ ਉਹਨੂੰ ਲਿਆ ਕੇ ਰੱਖੋਗੇ ਕਿੱਥੇ, ਸਟੋਰ ਕਿੱਥੇ ਕਰੋਗੇ, ਉਹਦੇ 'ਤੇ ਕੋਈ ਲਿਮਿਟ ਨਹੀਂ, ਜਿੰਨਾ ਮਰਜ਼ੀ ਸਟੋਰ ਕਰ ਲਓ. ਇਹਦੀ ਇੱਕ ਜਿਹੜੀ ਪ੍ਰਾਈਮ ਐਗਜ਼ਾਮਪਲ ਆ, ਇੱਕ ਜਿਹੜਾ ਸਾਈਲੋ ਬਣਿਆ, ਅਦਾਨੀ ਦਾ ਸਾਈਲੋ ਬਣਿਆ ਫਿਰੋਜ਼ਪੁਰ ਕੋਲੇ, ਉਸ ਸਾਈਲੋ 'ਚ 3 ਜ਼ਿਲ੍ਹਿਆਂ ਦੀਆਂ ਫਸਲਾਂ ਆ ਸਕਦੀਆਂ ਇਕੱਠੀਆਂ ਜੀ. ਸੋ ਤੁਸੀਂ ਦੇਖ ਲਓ ਵੀ ਇੰਨੀ ਵੱਡੀ ਸਟੋਰੇਜ ਜਦੋਂ ਹੋਈ ਤਾਂ ਤੁਸੀਂ ਦੂਜੀ ਪਾਲਿਸੀ ਜਿਹੜੀ ਮੈਂ ਕਹਿ ਰਿਹਾ ਸੀ ਅਸੈਂਸ਼ੀਅਲ ਕਮੋਡਿਟੀ ਐਕਟ ਨੂੰ, ਉਹਦੇ 'ਚ ਨਵੀਂ ਅਮੈਂਡਮੈਂਟ ਲਿਆ ਕੇ ਹੋਰਡਿੰਗ ਨੂੰ ਲੀਗਲ ਕਰਤਾ, ਜਮਾਖੋਰੀ ਨੂੰ ਲੀਗਲ ਕਰਤਾ. ਤੀਜੀ ਅਮੈਂਡਮੈਂਟ ਹੋਈ ਕੰਟਰੈਕਟ ਫਾਰਮਿੰਗ, ਬਿਕੋਜ਼ ਵਿਕੂਗਾ ਸ਼ੈਲਫ ਤੇ ਉਹੀ ਜੋ ਕੁਆਲਿਟੀ ਪ੍ਰੋਡਕਟਸ ਹੋਏ ਜਾਂ ਜਿਹੋ ਜਿਹੇ ਪ੍ਰੋਡਕਟਸ ਉਹਨਾਂ ਨੂੰ ਚਾਹੀਦੇ ਹੋਏ. ਸੋ ਇਸ ਕਰਕੇ ਉਹਨਾਂ ਨੇ ਕੀ ਕੀਤਾ, ਕੰਟਰੈਕਟ ਫਾਰਮਿੰਗ ਇੰਟਰੋਡਿਊਸ ਕੀਤੀ ਵੀ ਹੁਣ ਜਿਹੜੇ ਖੇਤਾਂ 'ਚ ਜਾ ਕੇ ਵੀ ਤੁਸੀਂ ਕੰਟਰੈਕਟ ਕਰ ਸਕਦੇ ਹੋ ਕਿਸਾਨਾਂ ਨਾਲ, ਤੇ ਉਹਨਾਂ ਨੂੰ ਕੰਟਰੈਕਟ ਦੇ ਅਧੀਨ ਤਾਂ ਫਿਰ ਇਹਨਾਂ ਨੇ ਆਪਦੀਆਂ ਜਿਹੜੀਆਂ ਟਰਮਸ ਐਂਡ ਕੰਡੀਸ਼ਨ, ਆਲਸੋ ਵਟ ਦੇ ਹੈਵ ਟੂ ਗਰੋ, ਹਾਓ ਦੇ ਹੈਵ ਟੂ ਗਰੋ, ਯੂ ਨੋ ਉਹ ਵੀ ਕੰਟਰੋਲ ਕਰਨਾ. ਤਾਂ ਸੋ ਵੈਨ ਵੀ ਸੇ ਆਟੋਨਮਸ ਸਟਰਕਚਰ ਹੈਜ਼ ਗੋਨ, ਖੇਤੀ ਨਾਲ ਸਾਡੀ ਨਾ ਇੱਕ ਲਾਈਫ ਸਟਾਈਲ ਜੁੜਿਆ ਹੋਇਆ ਜਿਹੜਾ ਇਵੋਲਵ ਹੋਇਆ ਹੋਇਆ ਸਦੀਆਂ ਤੋਂ, ਇੱਕ ਸਭਿਅਤਾ ਇੱਕ ਸਿਵਲਾਈਜੇਸ਼ਨ ਇਵੋਲਵ ਹੋਈ ਹੋਈ ਆ, ਉਹ ਵਿਕਸਿਤ ਹੋਈ ਹੋਈ ਆ ਹਨਾ, ਉਹ ਧਰਤੀ ਦੇ ਨਾਲ ਹੀ ਜੁੜੀ ਹੋਈ ਹੁੰਦੀ ਆ. ਜਦੋਂ ਤੁਸੀਂ ਉਸ ਸਾਰੇ ਸਟਰਕਚਰ ਨੂੰ ਕੰਟਰੋਲ ਕਰਦੇ ਹੋ ਤਾਂ ਤੁਹਾਡੀ ਲਿਟਰਲੀ ਪੂਰੀ ਸਿਵਲਾਈਜੇਸ਼ਨ, ਤੁਹਾਡੀ ਜੀਵਨ ਸ਼ੈਲੀ, ਤੁਹਾਡਾ ਲਾਈਫ ਸਟਾਈਲ ਤੇ ਬਹੁਤ ਵੱਡਾ ਅਸਰ ਪੈਂਦਾ, ਉਹ ਬਦਲ ਜਾਂਦਾ. ਜੋ ਗਵਰਨਮੈਂਟ ਦੀ ਆਰਗੂਮੈਂਟ ਆ, ਗਵਰਨਮੈਂਟ ਦੀ ਆਰਗੂਮੈਂਟ ਵੀ ਦੇਖੀ ਨਾ, ਉਹ ਤਾਂ ਕਹਿ ਰਹੇ ਐਕਚੁਅਲੀ ਜੋ ਫਾਰਮਰਸ ਦਾ ਹੱਕ ਬਣ ਰਿਹਾ ਜੋ ਫਸਲ ਚੋ ਉਹਨਾਂ ਨੂੰ ਨਹੀਂ ਮਿਲਿਆ, ਕਿਉਂਕਿ ਕਮਿਸ਼ਨ ਏਜੰਟਸ ਕਾਫੀ ਫਿਕਸਿੰਗ ਪ੍ਰਾਈਸ ਕਰ ਰਹੇ ਆ ਤਾਂ ਕਾਫੀ ਉਹਨਾਂ ਚੋ ਪੈਸੇ ਖਾ ਰਹੇ. ਫਰਜ਼ ਕਰੋ ਕਿ ਜੇ ਕੋਈ ਚੀਜ਼ 100 ਦੀ ਵਿਕਦੀ ਆ ਮੰਡੀ ਦੇ ਵਿੱਚ, ਉਹ ਕਮਿਸ਼ਨ ਏਜੰਟਸ ਕਹਾਂ 180-170 ਦੀ ਵੇਚ ਰਹੇ ਆ, ਤਾਂ ਐਕਚੁਅਲੀ ਦੇ ਆਰ ਟੇਕਿੰਗ ਜੋ ਫਾਰਮਰ ਦੀ ਮਿਹਨਤ ਦੀ ਕਮਾਈ ਆ ਆਪਣੇ ਕਮਿਸ਼ਨ ਤੋਂ ਵੱਧ ਲੈ ਰਹੇ ਆ, ਐਂਡ ਦੈਟ ਜੋ ਇਹ ਨਵੇਂ ਬਿੱਲਸ ਆ ਇਹ ਉਹ ਕਮਿਸ਼ਨ ਏਜੰਟ ਨੂੰ ਟੇਕ ਆਊਟ ਕਰ ਲੇਗਾ. ਐਸ ਇਜ਼ ਦੇਅਰ ਐਨੀ ਟਰੂਥ ਟੂ ਦੈਟ? ਨੋ, ਦੇਰ ਇਜ਼ ਨੋ ਟਰੂਥ ਇਨ ਇਟ. ਆਈ ਲੈਕਚੁਅਲੀ ਐਕਸਪਲੇਨ ਇਟ ਟੂ ਯੂ. ਹੁੰਦਾ ਕੀ ਆ, ਜਿਹੜਾ ਕਮਿਸ਼ਨ ਏਜੰਟ ਉਹ ਕਹਿ ਰਿਹਾ ਉਹ ਫੈਸਿਲੀਟੇਟਰ ਆ ਬੰਦਾ,
एक्चुअली जदों कोई किसान मंडी च फसल लैके जांदा ना वो आपदे आढ़तीए कोले जाके सिटदा उहनू स्टोरेज भी उत्थे मिलदी आ उहदी फसल ट्राली खाली करनी उहदी फसल सटाउणी उहदी फसल जिहड़ियां साडियां एफसीआई आ पंसप आ मार्केट आ उहनां एजेंसियां नूं वेचनी उहदी खरीद दे पैसे सांभणे ते उस किसान नूं देणे एक यह सारा कमिशन एजेंट्स दा काम आ जिहनूं कमिशन एजेंट जिहनूं आपां आढ़तीआ कहिंदे आ बाकी लोकल डिवेलपमेंट पिंडां दियां जिहड़ियां गलियां नालियां दी डिवेलपमेंट सड़कां दी डिवेलपमेंट रखदी आ जिहड़ी मंडी बोर्ड कोले पैसे जांदे आ ते उह रूरल डिवेलपमेंट ते लाउंदे आ ਉਹਦੇ ਚ ਉਹ ਵੀ ਬਹੁਤ ਵੱਡਾ ਪਾਰਟ ਆ ਸੋ ਹੁਣ ਕਮਿਸ਼ਨ ਏਜੰਟ ਦਾ ਤਾਂ ਕੰਮ ਇੰਨਾ ਕੀ ਆ ਪਰ ਜਿਹੜੇ ਕਮਿਸ਼ਨ ਏਜੰਟ ਦੀ ਗੱਲ ਉਹ ਕਰ ਰਹੇ ਆ ਉਹ ਕਮਿਸ਼ਨ ਏਜੰਟ ਦੀ ਗੱਲ ਨਹੀਂ ਕਰ ਰਹੇ ਉਹ ਉਸ ਕਾਰਪੋਰੇਟ ਘਰਾਣੇ ਦੀ ਗੱਲ ਕਰ ਰਹੇ ਆ ਜਾਂ ਉਹਨਾਂ ਵਪਾਰੀਆਂ ਦੀ ਗੱਲ ਕਰ ਰਹੇ ਆ ਜਿਹੜੇ ਸਾਡੇ ਰੋ ਕਰੋਪਸ ਨੂੰ ਜਾਂ ਰੋ ਮਟੀਰੀਅਲ ਨੂੰ ਖਰੀਦ ਕੇ ਤੇ ਉਹਨੂੰ ਪ੍ਰੋਸੈਸ ਕਰਕੇ ਵੇਚਦੇ ਆ ਸੀ ਜਦੋਂ ਪ੍ਰੋਸੈਸ ਕਰਕੇ ਵੇਚਦੇ ਆ ਅਸਲ ਮਾਰਜਨ ਆ ਨਾ ਜਿਹੜਾ ਜਾਂ ਅਸਲ ਜਿਹੜਾ ਡਿਫਰੈਂਸ ਆ ਉਹ ਉੱਥੇ ਕਮਾਉਂਦੇ ਆ ਅਸੀਂ ਵੀ ਜਦੋਂ ਤੱਕ ਰੋ ਮਟੀਰੀਅਲ ਵੇਚਦੇ ਰਹਾਂਗੇ ਜਾਂ ਸਾਡੇ ਕਿਸਾਨ ਵੇਚਦੇ ਰਹਿਣਗੇ ਅੱਜ ਦੀ ਦੁਨੀਆ 'ਚ ਅੱਜ ਦੀ ਮਾਰਕੀਟ 'ਚ ਜਦੋਂ ਤੱਕ ਅਸੀਂ ਪ੍ਰੋਸੈਸਿੰਗ ਫੂਡ ਵਾਲੇ ਪਾਸੇ ਨਹੀਂ ਆਵਾਂਗੇ ਅਸੀਂ ਵੀ ਉਹਦਾ ਫਾਇਦਾ ਨਹੀਂ ਲੈ ਸਕਦੇ ਸੋ ਐਕਚੁਅਲੀ ਜਿਹੜਾ ਰਿਫੋਰਮਸ ਹੋਣੇ ਚਾਹੀਦੇ ਸੀ ਰਿਫੋਰਮਸ ਦੀ ਬਹੁਤ ਜ਼ਰੂਰਤ ਆ ਕਿਉਂਕਿ ਜਿਹੜਾ ਅਸੀਂ ਮਾਡਲ ਐਗਰੀਕਲਚਰ ਦਾ ਪ੍ਰੈਕਟਿਸ ਕਰ ਰਹੇ ਹਾਂ ਪੰਜਾਬ 'ਚ ਮਾਡਲ ਹੀ ਬਹੁਤ ਪੁਰਾਣਾ ਅਤੇ ਰਿਡੰਡੈਂਟ ਆ ਰਿਫੋਰਮਸ ਦੀ ਜ਼ਰੂਰਤ ਆ ਰਿਫੋਰਮਸ APMC ਐਕਟ 'ਚ ਹੋਣੇ ਚਾਹੀਦੇ ਸੀ ਰਿਫੋਰਮਸ ਸਾਡੇ ਐਗਰੀਕਲਚਰ ਮਾਡਲ ਆ ਜਿਹੜਾ ਐਗਰੇਰੀਅਨ ਮਾਡਲ ਪੰਜਾਬ ਦਾ ਉਹਦੇ 'ਚ ਹੋਣੇ ਚਾਹੀਦੇ ਸੀ ਪਰ ਇਹਨਾਂ ਨੇ ਰਿਫੋਰਮਸ ਸਿਰਫ ਜਿਹੜੇ ਕੀਤੇ ਆ ਉਹ ਕੀਤੇ ਆ ਕਾਰਪੋਰੇਟ ਸੈਕਟਰ ਲਈ ਬਿਜ਼ਨਸ ਲਈ ਤੁਸੀਂ ਮੈਨੂੰ ਇਹ ਦੱਸੋ ਅੱਜ ਤੱਕ ਆੜ੍ਹਤੀਏ ਨੇ ਕਿਸੇ ਸਾਡੇ ਕਿਸਾਨ ਨੂੰ ਜਾਂ ਮਜ਼ਦੂਰ ਨੂੰ ਨਹੀਂ ਮਾਰਿਆ ਪਰ ਜਿਹੜੀਆਂ ਕੰਪਨੀਆਂ ਹੁੰਦੀਆਂ ਨਾ ਜਾਂ ਕਾਰਪੋਰੇਟ ਸੈਕਟਰ ਆ ਉਹਨਾਂ ਨੇ ਤਾਂ ਪ੍ਰੋਫਿਟਸ 'ਤੇ ਕੰਮ ਕਰਨਾ ਉਹਨਾਂ ਨੇ ਟਾਰਗੇਟਸ 'ਤੇ ਕੰਮ ਕਰਨਾ ਦੇ ਹੈਵ ਨੋ ਇਮੋਸ਼ਨਸ ਸੋ ਭਾਜੀ ਫਰੋਮ ਵਾਟ ਯੂ ਆਰ ਸੇਇੰਗ And Ravi Paji, you can jump in and say if I'm wrong. What you're saying is, sir, reforms are needed. And in fact, your whole infrastructure, total infrastructure, all that needs rebuilding from head to toe. But what the argument is, is that the way it has been done. So, it's like that, which is the farmers' argument, that in fact, aartiyan nu thaar ke, inhane corporates nu aartiyan de role de dena hai. Is that what we're trying to say? That will not alleviate any problem. That will just be a change of middleman, of change of facilitator. No, it's just not that. It's just not change of a middleman. Please understand. Right. That middleman earlier, the kind of whole structure was there, and that structure had no role to play in the farm. ਜਿਹੜਾ ਪੁਰਾਣਾ ਆੜ੍ਹਤੀਆ ਸੀ ਉਹਨੇ ਫਸਲ ਕਿਵੇਂ ਬੀਜਣੀ ਆ ਕਿਹੜੀ ਫਸਲ ਬੀਜਣੀ ਆ ਕਦੋਂ ਵਾਹੁਣੀ ਆ ਅਸੀਂ ਉਹ ਬੀਜਣੀਆਂ ਵੀ ਕਿ ਨਹੀਂ ਬੀਜਣੀਆਂ ਉਹਦਾ ਕੋਈ ਰੋਲ ਨਹੀਂ ਸੀ ਉਹਦੀ ਉੱਥੋਂ ਤੱਕ ਕੋਈ ਇੰਟਰਫੇਰੈਂਸ ਨਹੀਂ ਸੀ ਹੁਣ ਤੁਸੀਂ ਇਹ ਮੈਨੂੰ ਦੱਸੋ ਕੱਲ ਨੂੰ ਜਦੋਂ ਕਾਰਪੋਰੇਟਸ ਆਏ ਕਾਰਪੋਰੇਟਸ ਨੇ ਆੜ੍ਹਤੀਏ ਦਾ ਕੰਮ ਨਹੀਂ ਕਰਨਾ ਕਾਰਪੋਰੇਟਸ ਨੇ ਪੂਰੀ ਚੇਨ ਨੂੰ ਕੰਟਰੋਲ ਕਰਨਾ ਉਹਨਾਂ ਨੇ ਚੇਨ ਕੰਟਰੋਲ ਕਿਵੇਂ ਕਰਨੀ ਆ ਉਹਨਾਂ ਨੇ ਫਸਲ ਬੀਜਣ ਤੋਂ ਲੈ ਕੇ ਫਿਰ ਖਰੀਦਣ ਤੱਕ ਫਿਰ ਖਰੀਦਣ ਤੋਂ ਬਾਅਦ ਸਟੋਰੇਜ ਤੱਕ ਸਟੋਰੇਜ ਤੋਂ ਲੈ ਕੇ ਪ੍ਰੋਸੈਸਿੰਗ ਤੱਕ ਪ੍ਰੋਸੈਸਿੰਗ ਤੋਂ ਲੈ ਕੇ ਵੇਚਣ ਤੱਕ ਇਹ ਸਾਰੀ ਚੇਨ ਕੰਟਰੋਲ ਕਰਨੀ ਹੈ ਜਿਹੜੇ ਵੱਡੇ ਕੋਪਰੇਸ਼ਨ ਆ ਜਿਹੜੇ ਨਿੱਕੇ ਕਿਸਾਨ ਆ ਮੈਜੋਰਿਟੀ ਜਿਹੜੇ ਫਾਰਮਰਸ ਆ ਜਿਹੜੇ ਜ਼ਿਆਦਾ ਕਿਸਾਨ ਆ ਪੰਜਾਬ ਜਾਂ ਇੰਡੀਆ ਵਿੱਚ 70-80% ਕਹਿ ਲਓ ਵੀ ਉਹ ਸਮਾਲ ਹੋਲਡਿੰਗ ਉਹਦੇ ਕੋਲ ਥੋੜੀ ਜ਼ਮੀਨ ਆ ਤੇ ਜਿਹੜੇ ਥੋੜੀ ਥੋੜੀ ਜ਼ਮੀਨ ਵਾਲੇ ਉਹਦੇ ਕੋਲ ਕੋਈ ਤਾਕਤ ਨਹੀਂ ਰਹਿਣੀ ਨਾ ਕੋਈ ਲੀਗਲ ਰੈਪਰੈਜੈਂਟੇਸ਼ਨ ਹੋਣੀ ਨਾ ਕੋਈ ਕੰਟਰੈਕਟ ਨੈਗੋਸ਼ੀਏਸ਼ਨ ਦੀ ਹੋਣੀ ਉਹ ਤਾਂ ਬਿਲਕੁਲ ਹੀ ਜਿੱਦਾਂ ਖਤਮ ਹੋਇਆ ਨੀ ਫਿਰ ਤਾਂ ਬਿਲਕੁਲ ਜਿਹੜੀ ਡਾਂਗੇ ਦਾ ਜ਼ੋਰ ਚੱਲਣਾ ਜਿਹੜੇ ਆਮ ਜਿਹੜੇ ਪਿੰਡ ਨਿੱਕੇ ਨਿੱਕੇ ਕਿਸਾਨ ਆ ਉਹ ਤਾਂ ਬਿਲਕੁਲ ਸਾਰੇ ਡੈਵਸਟੇਸ਼ਨ ਹੋਣੀ ਖਰਾਬ ਹੋ ਜਾਣੇ ਸਾਰੇ ਸਾਰਾ ਸਿਸਟਮ ਹੀ ਚੱਲ ਜਾਣਾ ਐਬਸੋਲੂਟਲੀ ਬਾਈ ਜੀ ਇਹਦਾ ਪ੍ਰਾਈਮ ਐਗਜ਼ਾਮਪਲ ਵੀ ਆਪਣੇ ਕੋਲੇ ਪਿਆ ਨਾ ਜੇ ਤੁਸੀਂ ਵੈਸਟਰਨ ਕੰਟਰੀਜ਼ 'ਚ ਦੇਖੋ ਅੱਜ ਤੋਂ 50 ਸਾਲ ਪਹਿਲਾਂ ਨਾ ਜਿਹੜੇ ਵਿਲੇਜਸ ਹੁੰਦੇ ਸੀ ਉੱਥੇ ਕੰਟਰੀ ਸਾਈਡ ਸੀ ਉਹ ਕੰਟਰੀ ਸਾਈਡ ਬੜੀ ਡੈਂਸ ਪਾਪੂਲੇਟਡ ਹੁੰਦੀ ਸੀ ਹਨਾ ਡੈਂਸਲੀ ਪਾਪੂਲੇਟਡ ਪਰ ਹੁਣ ਤੁਸੀਂ ਦੇਖੋ ਤੁਸੀਂ ਕੰਟਰੀ ਸਾਈਡ ਚੱਲ ਜਾਓ ਤੁਹਾਨੂੰ ਇੱਕ ਇੱਕ ਘਰ ਹੀ ਦਿਖੂਗਾ ਲੋਕ ਮਾਈਗ੍ਰੇਟ ਕਰ ਗਏ ਲੋਕ ਜ਼ਮੀਨਾਂ ਵੇਚ ਗਏ ਵੱਡੇ ਕਿਸਾਨਾਂ ਨੂੰ ਵੇਚ ਗਏ ਜਾਂ ਜਿਹੜੇ ਹੁਣ ਰਿਟੇਲ ਹਾਊਸਿਸ ਆ ਹਿਊਜ ਕੋਸਕੋ ਐਂਡ ਆਲ ਦੋਸ ਬਿਗ ਰਿਟੇਲ ਹਾਊਸਿਸ
you know, 24/7, all these guys, ਉਹਨਾਂ ਨੂੰ ਵੇਚ ਕੇ ਕਾਰਪੋਰੇਟਸ ਨੂੰ ਅਕੋਮੋਡੇਟ ਕਰਨ ਵਾਸਤੇ ਸਮੇਂ ਸਮੇਂ ਤੋਂ ਪਾਲਿਸੀਜ਼ ਇੰਪਲੀਮੈਂਟ ਹੋਈਆਂ ਸੀ, ਉਹਦੇ ਕੌਨਸੀਕੁਐਂਸਿਸ ਸਾਡੇ ਸਾਹਮਣੇ ਆਏ ਆ, ਉਹਦੇ ਕੌਨਸੀਕੁਐਂਸਿਸ ਇਹ ਆ ਵੀ ਉਹ ਬੰਦੇ ਆਪਦੇ ਕਲਚਰ ਨਾਲੋਂ ਟੁੱਟ ਗਏ, ਉਹ ਬੰਦੇ ਆਪਦੇ ਇਤਿਹਾਸ ਆਪਦੇ ਫਲਸਫਿਆਂ ਨਾਲੋਂ ਟੁੱਟ ਗਏ, ਉਹਨਾਂ ਦੀ ਮਾਈਗ੍ਰੇਸ਼ਨ ਹੋ ਗਈ, ਸ਼ਹਿਰੀਕਰਨ ਹੋ ਗਿਆ, ਪਿੰਡਾਂ ਤੋਂ ਨਿਖੜ ਗਏ, ਉਸ ਉਹਨਾਂ ਬੰਦਿਆਂ ਕੋਲੇ ਜਿਹੜਾ ਆਪਦੀ ਮੌਲਿਕਤਾ ਸੀ ਨਾ, ਇੱਕ ਓਰਿਜਨੈਲਿਟੀ, ਜਿਵੇਂ ਐਬ ਓਰਿਜਨਲ ਸੀਗੇ ਹਨਾ ਅਮੈਰੀਕਾ ਚ, ਜਿਵੇਂ ਆਪਾਂ ਕਹਿ ਲਈਏ ਵੀ ਬੜੇ ਸਾਡੇ ਇੰਡੀਜੀਨਸ ਲੋਕ ਸੀ ਜਿਹੜੇ, ਈਵਨ ਉਹ ਸਾਰੇ ਆਸਟ੍ਰੇਲੀਅਨ, ਉਹ ਸਾਰੇ ਖਤਮ ਹੋ ਗਏ ਯਾਰ, ਰੈਡ ਇੰਡੀਅਨਸ ਵਰ, ਦੇ ਵਰ ਕਾਲਡ ਰੈਡ ਇੰਡੀਅਨਸ ਆਫਟਰ ਕੋਲੰਬਸ ਵੈਂਟ ਦੇਅਰ ਬਿਕਾਜ਼ ਹੀ ਥੌਟ ਦੇ ਆਰ ਇੰਡੀਅਨਸ ਹਨਾ, ਸੋ ਐਕਚੁਅਲੀ ਯਾ ਯਾ, ਸੋ ਵਟ ਹੈਪਨ ਵਾਜ਼, ਇਹ ਤੁਸੀਂ, ਔਰ ਦੂਜੀ ਗੱਲ, ਜਦੋਂ ਤੁਸੀਂ ਆਪਦੇ ਕਲਚਰ ਤੋਂ ਟੁੱਟਦੇ ਹੋ ਨਾ, ਉਦੋਂ ਤੁਸੀਂ ਨਸ਼ਿਆਂ 'ਚ ਡਿੱਗਦੇ ਹੋ, ਕਿ ਗੈਂਗਸਟਰ ਬਣਦੇ ਹੋ, ਕਿ ਮਾਈਗ੍ਰੇਟ ਹੁੰਦੇ ਹੋ ਉੱਥੋਂ, ਕਿ ਤੁਹਾਡੇ ਕੋਲੇ ਹੋਰ ਉਹਦੇ ਜਿਹੜੇ ਮਾੜੇ ਪ੍ਰਭਾਵ ਪੈਂਦੇ ਆ ਸਮਾਜ 'ਤੇ, ਤੁਹਾਡੀ ਸੁਸਾਇਟੀ 'ਤੇ ਹਨਾ, ਉਹ ਪਤਾ ਨਹੀਂ ਲੱਗਦਾ, ਉਹ ਇੱਕ ਦਰਖਤ ਤੋਂ ਡਿੱਗਿਆ ਹੋਇਆ ਪੱਤਾ ਹੁੰਦਾ ਵੀ ਦਰਖਤ ਤੋਂ ਡਿੱਗ ਪਿਆ, ਟੁੱਟ ਗਿਆ, ਉਦੋਂ ਬਾਅਦ ਉਹਨੇ ਕਿੱਥੇ ਜਾ ਕੇ ਡਿੱਗਣਾ, ਕਿਵੇਂ ਡਿੱਗਣਾ, ਉਹਦਾ ਉਹ ਹਵਾ 'ਤੇ ਨਿਰਭਰ ਕਰਦਾ ਉਸ ਵੇਲੇ ਹਨਾ। ਸੋ ਜਦੋਂ ਅਸੀਂ ਆਪਦੇ ਆਪਦੇ ਕਲਚਰ ਨਾਲੋਂ ਟੁੱਟਦੇ ਹਾਂ, ਆਪਦੀ ਹੋਂਦ ਨਾਲੋਂ ਟੁੱਟ ਜਾਂਦੇ ਹਾਂ, ਤਾਂ ਹੀ ਤਾਂ ਆਪਾਂ ਵਾਰ ਵਾਰ ਕਹਿ ਰਹੇ ਹਾਂ ਵੀ ਇਹ ਸਾਡੀ ਹੋਂਦ ਦੀ ਲੜਾਈ ਆ, ਤੁਸੀਂ ਸਾਡਾ ਆਟੋਨਮਸ ਸਟਰਕਚਰ ਜਿਹੜਾ ਜ਼ਮੀਨ ਨਾਲ ਧਰਤੀ ਨਾਲ ਜੁੜਿਆ ਹੋਇਆ ਉਹਨੂੰ ਖਰਾ ਉਹਨੂੰ ਨਾ ਬਰਬਾਦ ਕਰੋ, ਸਾਡਾ ਤਾਂ ਇਹਦੇ ਇਹਦੇ 'ਤੇ ਜੇ ਤੁਹਾਡਾ ਕੰਟਰੋਲ ਆ ਗਿਆ, ਸਾਡਾ ਵਿਰਸਾ ਵੀ ਸਾਡੇ ਹੱਥੋਂ ਜਾਊ, ਸਾਡਾ ਇਤਿਹਾਸ ਵੀ ਸਾਡੇ ਹੱਥੇ ਜਾਊ, ਸਾਡਾ ਫਲਸਫੇ ਵੀ ਸਾਡੇ ਹੱਥੋਂ ਜਾਣਗੇ, ਸਾਡੀ ਸਿਆਸਤ ਵੀ ਸਾਡੇ ਹੱਥੋਂ ਜਾਊ। ਹੁਣ ਜਿਹੜੀ ਸਾਡੀ ਮੰਗ ਆ ਨਾ ਫਾਰਮਰਸ ਦੀ, ਉਹ ਇਹ ਕਹਿ ਰਹੇ ਆ ਵੀ MSP ਦਾ ਕਾਨੂੰਨ ਬਣਾਓ। ਹੁਣ ਗਵਰਨਮੈਂਟ ਕਹਿ ਰਹੀ ਆ ਵੀ MSP ਦਾ ਕਾਨੂੰਨ ਨਹੀਂ ਅਸੀਂ ਬਣਾਉਂਦੇ, ਅਸੀਂ ਤੁਹਾਨੂੰ ਊਂ ਲਿਖ ਕੇ ਦੇ ਦਿੰਦੇ ਹਾਂ, ਜੋ ਐਗਜ਼ਿਸਟਿੰਗ ਸਟਰਕਚਰ ਆ ਉਹ ਐਜ਼ ਇਟ ਇਜ਼ ਰਹੂਗਾ MSP ਦਾ। ਜੋ ਲਿਖ ਕੇ ਦੇਣਾ ਨਹੀਂ, ਓਬਜੈਕਟ ਨਹੀਂ ਜੀ, ਲਿਖ ਕੇ ਜੇ ਉਹ ਦੇ ਦਿੰਦੇ ਆ MSP ਦਾ ਜਿਹੜਾ ਸਟਰਕਚਰ ਐਜ਼ ਇਟ ਇਜ਼ ਰਹੂਗਾ, ਹੁਣ ਉਹਦੇ 'ਚ ਕੀ ਆ, ਇਹ ਆਲ ਇੰਡੀਆ ਮੂਵਮੈਂਟ ਬਣ ਗਈ ਆ, ਚਾਹੇ ਲੋਕਾਂ ਦੀ ਪਾਰਟਿਸਪੇਸ਼ਨ ਇੰਡੀਆ ਦੇ ਹੋਰ ਪਾਸਿਓਂ ਹੋਵੇ ਨਾ ਹੋਵੇ, ਉਹਨਾਂ ਦੇ ਕਿਸਾਨ ਯੂਨੀਅਨ ਜਿਹੜੇ ਵੱਖ, ਜਿਵੇਂ UP ਦੀ ਕਿਸਾਨ ਯੂਨੀਅਨ ਆ, ਉਹਨਾਂ ਦੇ ਵੀ ਕੁਛ ਬੰਦੇ ਆ, ਰਾਜਸਥਾਨ ਦੇ ਵੀ ਬੰਦੇ ਆ ਹਨਾ, ਆਈ ਮਹਾਰਾਸ਼ਟਰਾ ਦੇ ਵੀ ਆ, ਹੋਰ ਪਾਸਿਓਂ ਵੀ, ਉਹਨਾਂ ਦੀ ਲੀਡਰਸ਼ਿਪ ਆ ਗਈ ਆ। ਹੁਣ ਉਹ ਕਹਿਣਗੇ ਵੀ ਸਾਡੇ ਤਾਂ MSP ਹੈ ਹੀ ਨਹੀਂ, ਤੇ ਜੇ ਅੱਜ MSP ਪੰਜਾਬ ਹਰਿਆਣੇ ਨੂੰ ਮਿਲਦੀ ਆ ਸਾਨੂੰ ਵੀ ਮਿਲੇ ਹਨਾ। ਸੋ ਪਰ ਗਵਰਨਮੈਂਟ ਕੀ ਕਹਿ ਰਹੀ ਆ, ਗਵਰਨਮੈਂਟ ਕਹਿ ਰਹੀ ਆ ਦੇਖੋ ਸਾਡਾ ਜਿਹੜਾ MSP ਦਾ ਇੱਕ ਬਜਟ ਆ ਨਾ, FCI ਨੂੰ ਅਸੀਂ ਦਿੰਨੇ ਆ, ਉਹ ਹਰ ਵਾਰੀ ਅਸੀਂ ਅਲੋਟ ਕਰਦੇ ਹਾਂ, ਉਹਦਾ ਬਹੁਤ ਵੱਡਾ ਹਿੱਸਾ ਜਿਹੜਾ ਉਹ ਪੰਜਾਬ ਨੂੰ ਦਿੱਤਾ ਜਾਂਦਾ ਤੇ ਫਿਰ ਹਰਿਆਣੇ ਨੂੰ ਦਿੱਤਾ ਜਾਂਦਾ, ਕਿਉਂਕਿ ਇਹ ਦੋਨੇ ਐਗਰੇਰੀਅਨ ਸਟੇਟਸ ਆ ਹਨਾ, ਬਾਕੀ ਥਵਾ ਤੇ ਹੋਰ ਵੀ ਇੰਡਸਟਰੀ ਆ, ਮੈਨੂਫੈਕਚਰਿੰਗ ਵੀ ਆ, ਸਰਵਿਸ ਇੰਡਸਟਰੀ ਵੀ ਆ, ਤੇ ਕੁਛ ਹਿੱਸਾ ਉਹਦਾ ਬਾਕੀ ਦੇਸ਼ ਚ ਵੰਡ ਦਿੱਤਾ ਜਾਂਦਾ ਫਸਲ ਖਰੀਦੀ ਕਰਨ ਵਾਸਤੇ। ਹੁਣ ਉਹ ਕਹਿੰਦੇ ਵੀ ਸਾਡੇ ਕੋਲੇ ਤਾਂ ਇੰਨਾ ਯੂਨੀਅਨ ਦਾ ਬਜਟ ਨਹੀਂ ਹੁੰਦਾ, ਜੇ ਅਸੀਂ ਸਾਰੇ ਦੇਸ਼ 'ਚ ਲਾਅ ਬਣਾ ਦਈਏ ਵੀ MSP ਤੇ ਖਰੀਦਾਂਗੇ, ਇਹ ਤਾਂ ਪੂਰੀ ਸਾਡੇ ਜਿਹੜਾ ਇੰਡੀਅਨ ਸਟੇਟ ਦਾ ਬਜਟ ਨਹੀਂ, ਇੰਨਾ ਬਜਟ ਕਿੱਥੋਂ ਦੇਵਾਂਗੇ ਅਸੀਂ। ਹੁਣ ਇਹ ਇਹਨਾਂ ਗੱਲਾਂ ਤੇ ਹਾਂ ਵੀ ਇਹਨਾਂ ਗੱਲਾਂ ਤੇ ਚਰਚਾ ਹੋਣੀ ਚਾਹੀਦੀ ਆ, ਇਹਦੇ ਹੱਲ ਲੱਭਣੇ ਚਾਹੀਦੇ ਆ, ਤਾਂ ਹੀ ਮੈਂ ਵਾਰ ਵਾਰ ਹਮੇਸ਼ਾ ਕਹਿੰਦਾ ਹੁੰਦਾ ਵੀ ਸੁਹਿਰਦਤਾ ਨਾਲ ਸਾਨੂੰ ਗੱਲਾਂ ਵਿਚਾਰਨੀਆਂ ਚਾਹੀਦੀਆਂ, ਤੇ ਇਹ ਜਿਹੜੀ ਪਾਲਿਸੀ ਇੰਪਲੀਮੈਂਟ ਕੀਤੀ ਆ ਇਹ ਤਾਂ ਨੋ ਡਾਊਟ ਉਹਨਾਂ ਨੂੰ ਵਾਪਸ ਲੈਣੀ ਚਾਹੀਦੀ ਆ, ਪਰ ਨਵੇਂ ਰਿਫੋਰਮਸ ਕਿਵੇਂ ਕਰਨੇ ਆ, ਨਵੇਂ ਰਿਫੋਰਮਸ ਕੀ ਹੋਣੇ ਚਾਹੀਦੇ ਆ, ਜਾਂ ਉਹ ਲੋਕ ਪੱਖੀ ਕਿਵੇਂ ਹੋਣ, ਉਹਦੇ 'ਚ ਦੋਨੇ ਧਿਰਾਂ ਦਾ ਖਿਆਲ ਕਿਵੇਂ ਰੱਖਿਆ ਜਾਵੇ। ਦੇਖੋ ਆਏ ਬੀਂਗ ਯੂ ਨੋ ਆਈ ਮੀਨ ਮੈਂ ਇੱਥੇ ਆਈ ਬੀਨ ਇਨਵੋਲਵਡ ਇਨ ਦਿਸ ਐਜੀਟੇਸ਼ਨ ਸਿੰਸ ਵਰਡ ਗੋ ਫਰੋਮ ਦ ਵੈਰੀ ਬਿਗਿਨਿੰਗ, ਸੋ ਵਟ ਆਈ ਵਾਂਟ ਟੂ ਸੇ ਇਜ਼, ਸਾਨੂੰ ਪਤਾ ਵੀ ਜਿਹੜੀ MSP ਆ ਨਾ, MSP 1966 ਦਾ ਕੌਨਸੈਪਟ ਆ, ਜਦੋਂ ਗ੍ਰੀਨ ਰੈਵੋਲਿਊਸ਼ਨ ਇੰਟਰੋਡਿਊਸ ਕੀਤਾ ਸੀ, ਇਸ ਕੌਨਸੈਪਟ ਦੇ ਅਧੀਨ ਉਸ ਵੇਲੇ ਇਨਸੈਂਟੀਵਾਈਜ਼ਡ ਕੀਤਾ ਗਿਆ ਸੀ, ਇਨਸੈਂਟਿਵ ਦਿੱਤਾ ਗਿਆ ਸੀ ਸਾਡੇ ਕਿਸਾਨਾਂ ਨੂੰ ਵੀ ਤੁਸੀਂ ਝੋਨਾ ਤੇ ਕਣਕ ਪੈਦਾ ਕਰੋ, ਕਿਉਂਕਿ ਉਸ ਵੇਲੇ ਦੇਸ਼ 'ਚ ਬਿਲਕੁਲ ਭੁੱਖਮਰੀ ਸੀ, ਭੁੱਖਮਰੀ ਦੇ ਕਗਾਰ ਤੇ ਸੀ, ਤੇ ਬਾਹਰੋਂ ਇੰਪੋਰਟ ਕਰਦੇ ਹੁੰਦੇ ਸੀ ਅਸੀਂ ਫੂਡ ਗ੍ਰੇਨਸ ਹਨਾ, ਤੇ ਉਹ ਕੌਨਸੈਪਟ 1966 ਦਾ ਹਜੇ ਤੱਕ ਉਵੇਂ ਹੀ ਚੱਲਦਾ ਆ ਰਿਹਾ। ਐਕਚੁਅਲੀ ਗਵਰਨਮੈਂਟ ਨੂੰ ਕੀ ਚਾਹੀਦਾ, ਗਵਰਨਮੈਂਟ ਨੂੰ ਜਿਹੜੀ MSP ਆ ਨਾ, ਉਹਦੀ ਡਾਇਵਰਸੀਫਿਕੇਸ਼ਨ ਕਰਨੀ ਚਾਹੀਦੀ ਆ, ਹੋਰ ਫਸਲਾਂ ਤੇ ਵੀ ਦੇਣੀ ਚਾਹੀਦੀ ਆ, ਕਿਉਂਕਿ ਉਸ MSP ਨੇ ਪੰਜਾਬ ਨੂੰ ਤਾਂ ਇਨਵਾਇਰਮੈਂਟਲ ਕ੍ਰਾਈਸਿਸ ਤੇ ਲਿਆ ਕੇ ਖੜਾ ਕਰਤਾ। ਝੋਨਾ ਸਾਡੀ ਫਸਲ ਨੀ, ਅਸੀਂ ਉਹਨੂੰ ਲਾਲ ਪਾਣੀ ਜਿਹੜਾ 10 ਫੁੱਟ ਤੇ ਸਾਡਾ ਪਾਣੀ ਹੁੰਦਾ ਸੀ ਉਹਨੂੰ 900 ਫੁੱਟ ਤੇ ਲੈ ਗਏ,
ਜਿਹੜੇ ਨਹਿਰੀ ਪਾਣੀ ਅਸੀਂ ਲਾਉਂਦੇ ਹੁੰਦੇ ਸੀ ਉਹਦੀ ਅੱਜ ਉਸ ਢੰਗ ਨਾਲ ਪੰਜਾਬ ਚ ਵਰਤੋਂ ਹੀ ਨਹੀਂ ਹੋ ਰਹੀ। ਸਾਡਾ ਪਾਣੀ ਇਹ ਨਹਿਰਾਂ ਬਣਾ ਆਪਣਾ ਪੰਜਾਬ ਚੋਂ ਬਾਹਰ ਲੈ ਗਏ। ਸੋ ਸਾਡੇ ਤਾਂ ਮਸਲੇ ਬਹੁਤ ਜ਼ਿਆਦਾ ਗੰਭੀਰ ਆ। ਆਪਾਂ ਗੱਲ ਕਰ ਚੁੱਕੇ ਹਾਂ ਲੁੱਕ ਦ ਹੋਲ ਇਨਫਰਾਸਟ੍ਰਕਚਰ ਨੀਡਸ ਅ ਚੇਂਜ। ਵਿਲ ਦ ਗਵਰਨਮੈਂਟ ਰੀਅਲਾਈਜ਼ ਦੈਟ? ਗਵਰਨਮੈਂਟ ਮੰਨੂਗੀ ਕਿ ਹਾਂ ਇਨਫਰਾਸਟ੍ਰਕਚਰ ਵੀ ਚੇਂਜ ਹੋਈ? ਵਿਲ ਇਟ ਐਂਡ ਅਪ ਰਿਪੀਲਿੰਗ ਦਿਸ? ਐਂਡ ਅਗਰ ਨਹੀਂ ਉਹਨਾਂ ਨੇ ਕੀਤਾ ਤਾਂ ਫਿਰ ਨੈਕਸਟ ਸਟੈਪਸ ਕੀ ਆ? ਵਾਟ ਮੀਨ ਵਾਟ ਇਜ਼ ਦ ਪਲਾਨ? ਪਲਾਨ ਕੀ ਆ ਕਿ ਅੱਗੇ ਇੱਥੇ ਤੱਕ ਤਾਂ ਆ ਗਏ ਅਸੀਂ, ਪਹੁੰਚ ਗਏ ਦਿੱਲੀ ਤੱਕ, ਅੱਗੇ ਕੀ ਪਲਾਨ ਆ? ਲੀਗਲ ਐਕਸ਼ਨ ਨੂੰ ਲੀਗਲ ਐਕਸ਼ਨ ਪਾਇਆ ਅਸੀਂ ਕੱਟਿਆ ਜਾਵਾਂਗੇ, ਜਾਂ ਆਪਾਂ ਇੱਥੇ ਬੈਠੇ ਰਹਿਣਾ ਜਦ ਤੱਕ ਗਵਰਨਮੈਂਟ ਨੇ ਨੀ ਕੁਛ ਚੇਂਜਸ ਲਿਆਉਣੀਆਂ, ਜਾਂ ਇਜ਼ ਗਵਰਨਮੈਂਟ ਗੋਇੰਗ ਟੂ ਪ੍ਰੈਸ ਅਹੈਡ ਰਿਗਾਰਡਲੈਸ? ਵਾਟ ਇਜ਼ ਗੋਇੰਗ ਟੂ ਹੈਪਨ? ਬਈ ਜੀ, ਉਹ ਸਾਰੀਆਂ ਜਿਹੜੀਆਂ ਆਪਸ਼ਨ ਸੀ ਨਾ ਉਹ ਐਕਸਪਲੋਇਟ ਹੋ ਚੁੱਕੀਆਂ, ਅਸੀਂ ਐਕਸਪਲੋਰ ਕੀਤੀਆਂ ਸਾਡੀ ਯੂਨੀਅਨ ਲੀਡਰਸ਼ਿਪ ਨੇ। ਹਜੇ ਤੱਕ ਮੈਨੂੰ ਐਂ ਲੱਗਦਾ ਹੁਣ ਸਿਚੁਏਸ਼ਨ ਆ ਨਾ ਜਿਹੜਾ ਇਹਦਾ ਡਿਸਕੋਰਸ ਆ, ਅਗਲਾ ਡਿਸਕੋਰਸ ਆ ਸੰਘਰਸ਼ ਦਾ, ਉਹ ਬਦਲ ਜਾਣਾ। ਹੁਣ ਬਹੁਤ ਸੀਰੀਅਸ ਦੌਰ ਸ਼ੁਰੂ ਹੋ ਗਿਆ। ਹੁਣ ਜਿਵੇਂ ਰਵੀ ਬਾਈ ਨੇ ਕਿਹਾ, ਯੂ ਨੋ ਇਟ ਵਿਲ ਬੀ ਦ ਡਿਫਾਈਨਿੰਗ ਫੇਸ ਨਾਓ, ਯੂ ਨੋ। ਹੁਣ ਗੱਲ ਕੀ ਹੋਣੀ ਆ, ਇਹਨਾਂ ਨੇ ਬਹੁਤ ਜ਼ਿਆਦਾ ਰੀਕਨਸੀਲੇਸ਼ਨ ਪ੍ਰੋਸੈਸ ਚੱਲੇ, ਸਾਡੀਆਂ ਨੈਗੋਸੀਏਸ਼ਨ ਹੋਈਆਂ, ਪਰ ਉਹ ਕਿਸੇ ਨਤੀਜੇ ਤੇ ਪਹੁੰਚੇ ਨਹੀਂ, ਕਿਉਂਕਿ ਸਾਡੇ ਵਾਲੇ ਜਿਹੜੇ ਬੰਦੇ ਆ ਉਹ ਕਹਿ ਰਹੇ ਆ ਵੀ ਤੁਸੀਂ ਇਹਨੂੰ ਰਿਪੀਲ ਕਰੋ, ਅਸੀਂ ਕੋਈ ਹੋਰ ਗੱਲ ਨਹੀਂ ਸੁਣਨੀ। ਉਹ ਕਹਿੰਦੇ ਆ ਰਿਪੀਲ ਤੋਂ ਬਿਨਾਂ ਤੁਸੀਂ ਜੋ ਮਰਜ਼ੀ ਕਰ ਲਓ, ਹਨਾ। ਸੋ ਜਦੋਂ ਗੱਲ ਇੱਥੇ ਆ ਕੇ ਟਿੱਗੀ ਆ ਨਾ, ਇਹ ਜਿਹੜਾ ਡੈਡਲੌਕ ਆ ਨਾ, ਇਹ ਲਾਸਟ ਮੀਟਿੰਗ ਤੋਂ ਬਾਅਦ ਬੜਾ ਰਿਜਿਡ ਹੋ ਗਿਆ, ਹਨਾ, ਬਹੁਤ ਜ਼ਿਆਦਾ ਇਹ ਕਠੋਰ ਹੋ ਗਿਆ ਡੈਡਲੌਕ ਹੋਰ ਜ਼ਿਆਦਾ। ਹੁਣ ਜੇ ਇਹ ਨੈਗੋਸ਼ੀਏਸ਼ਨ ਨਾਲ ਨਹੀਂ ਗੱਲ ਟੁੱਟ ਰਹੀ, ਸੋ ਇਸ ਗੱਲ ਨੇ ਹੁਣ ਕਿਸੇ ਇਵੈਂਟ ਨਾਲ ਟੁੱਟਣਾ। ਹੁਣ ਇਵੈਂਟ ਸਾਡੇ ਵਾਲੇ ਪਾਸਿਓਂ ਹੁੰਦਾ ਕਿ ਉਧਰੋਂ ਹੁੰਦਾ, ਪਰ ਸਾਡੇ ਸੰਗਤ ਨੂੰ ਬੇਨਤੀ ਆ, ਜਿਵੇਂ ਰਵੀ ਆਪਦੀ ਡਿਸਕਸ਼ਨ ਚ ਲੈ ਕੇ ਆ ਰਹੇ ਆ ਤੇ ਇਸ ਗੱਲ ਨੂੰ ਉਭਾਰ ਰਹੇ ਆ ਵੀ ਸਾਨੂੰ ਸ਼ਾਂਤਮਈ ਹੀ ਰਹਿਣਾ ਚਾਹੀਦਾ, ਸ਼ਾਂਤਮਈ ਰਹਿਣਾ ਚਾਹੀਦਾ। ਦੇਖੋ ਹੁਣ ਅਸਲ ਸਬਰ ਪਰਖਿਆ ਜਾਊਗਾ, ਸਾਡਾ ਸਿਦਕ ਪਰਖਿਆ ਜਾਊਗਾ, ਸਾਡਾ ਸੰਤੋਖ ਪਰਖਿਆ ਜਾਊਗਾ, ਤੇ ਜੇ ਅਸੀਂ ਰੱਖ ਗਏ ਅਸੀਂ ਜਿੱਤਾਂਗੇ। ਅਸੀਂ ਇਹੋ ਜਿਹਾ ਕੋਈ ਇਵੈਂਟ ਨਾ ਕਰੀਏ ਜਿਹਦੇ ਨਾਲ ਗਵਰਨਮੈਂਟ ਨੂੰ ਕੋਈ ਮੌਕਾ ਮਿਲ ਜੇ ਸਾਡੇ ਤੇ ਰਿਪਰੈਸ਼ਨ ਕਰਨ ਦਾ, ਕਿਸੇ ਕੋਈ ਐਕਸ਼ਨ ਲੈਣ ਦਾ ਕੋਈ ਮੌਕਾ ਨਹੀਂ ਦੇਣਾ। ਹੁਣ ਗੱਲ ਇਹ ਆ ਵੀ ਅਗਲੀ ਜਿਹੜੀ ਕਾਲ ਆ ਨਾ, ਜਥੇਬੰਦੀਆਂ ਦੀ ਕਾਲ ਆ 26 ਤਰੀਕ ਨੂੰ ਦਿੱਲੀ ਜਾਣ ਦੀ। ਦੇਖੋ 26 ਤਰੀਕ ਸਾਨੂੰ ਸਾਰਿਆਂ ਨੂੰ ਪਤਾ ਉਹ ਰਿਪਬਲਿਕ ਡੇ ਆ ਇੱਥੇ, ਰਿਪਬਲਿਕ ਡੇ ਆ ਉਹਨਾਂ ਨੇ ਆਪਦਾ। ਹਾਂ, ਤੁਸੀਂ ਉਹਨਾਂ ਦੀ ਸੋਵਰੇਨਿਟੀ ਨੂੰ ਚੈਲੰਜ ਕਰ ਰਹੇ ਹੋ ਐਕਚੁਅਲੀ, ਹਨਾ। ਸੋ ਇਹ ਗਵਰਨਮੈਂਟ ਵੀ ਗੱਲ ਸਮਝਦੀ ਆ ਤੇ ਸਾਡੇ ਆਗੂ ਵੀ ਇਹ ਗੱਲ ਸਮਝਦੇ ਆ। ਹੁਣ ਤੁਸੀਂ, ਮੈਂ ਕਿਉਂ ਕਹਿ ਰਿਹਾ ਸੀ ਇੱਕ ਇਵੈਂਟ ਨੇ ਤੋੜਨਾ ਇਹ ਡੈਡਲੌਕ, ਜੇ ਇਵੈਂਟ ਕੋਈ ਤੋੜੂਗਾ ਤਾਂ ਅਗਲਾ ਇਵੈਂਟ 26 ਦੀ ਕਾਲ ਹੁਣ ਸਾਰਿਆਂ ਨੂੰ ਦਿਸ ਰਹੀ ਆ, ਤੇ ਆਮ ਤੌਰ ਤੇ ਸੰਗਤ ਨੂੰ ਇਸ ਗੱਲ ਦੀ ਸਮਝ ਹੈ ਨੀ। ਜਦੋਂ ਕਾਲ ਦਿੱਤੀ ਜਾਂਦੀ ਆ ਤਾਂ ਸੰਗਤ ਹੁਣ ਆਪ ਮੁਹਾਰੀ 26 ਤਰੀਕ ਵਾਸਤੇ ਇੱਥੇ ਪਹੁੰਚੂਗੀ। ਜਿਹੜਾ ਪੁਰਾਣਾ ਅਸੀਂ ਮੋਰਚੇ ਬੈਰੀਕੇਡਿੰਗ ਤੋੜੀ ਸੀ ਨਾ, ਉਹ ਸਾਡਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਸੀ। ਹੁਣ ਜਿਹੜਾ ਸਾਡਾ ਟਕਰਾਅ ਹੋਣਾ ਨਾ, ਉਹ ਹੋਣਾ ਸਾਡਾ ਉਹਨਾਂ ਦੀਆਂ ਪੈਰਾਮਿਲਟਰੀ ਫੋਰਸਿਸ ਨਾਲ, ਹਨਾ। ਉਹਦੇ ਚ ਫਰਕ ਹੋਣਾ। ਹੁਣ 26 ਤਰੀਕ ਤੋਂ ਗਵਰਨਮੈਂਟ ਵੀ ਚਾਹੂਗੀ ਵੀ ਪਹਿਲਾਂ ਅਸੀਂ ਇਸ ਸਾਰੇ ਸੰਘਰਸ਼ ਨੂੰ ਜਾਂ ਇਸ ਐਜੀਟੇਸ਼ਨ ਨੂੰ ਕਿਵੇਂ ਨਾ ਕਿਵੇਂ ਖਤਮ ਕਰੀਏ। 26 ਤੋਂ ਪਹਿਲਾਂ ਉਹ ਵੀ ਚਾਹੁਣਗੇ। ਸੋ ਉਹ ਵੀ ਆਪਦੀ ਡੈਸਪਰੇਸ਼ਨ ਦਿਖਾ ਰਹੀ ਹੈ, ਸਾਨੂੰ ਦੇਖ ਰਿਹਾ। ਉਹਨਾਂ ਦੇ ਲੀਡਰ ਆ ਜਿਹੜੇ ਪੰਜਾਬ ਚ ਬੈਠ ਕੇ ਉਸ ਬਿਆਨਬਾਜ਼ੀ ਜਿਸ ਤਰ੍ਹਾਂ ਦੀ ਕਰ ਰਹੇ ਆ, ਜਿਸ ਤਰ੍ਹਾਂ ਉਕਸਾ ਰਹੇ ਆ ਲੋਕਾਂ ਨਾਲ, ਜਿਸ ਤਰ੍ਹਾਂ ਨੈਸ਼ਨਲ ਮੀਡੀਆ ਪ੍ਰੋਪਗੰਡਾ ਕਰ ਰਿਹਾ, ਸਾਨੂੰ ਦੇਖ ਰਿਹਾ ਉਹ। ਹੁਣ ਸਾਡੀ ਜਿਹੜੀ ਲੀਡਰਸ਼ਿਪ ਆ ਸਪੈਸ਼ਲੀ ਲਾਸਟ ਮੀਟਿੰਗ ਚ, ਉਹਨਾਂ ਨੇ ਬਹੁਤ ਵਧੀਆ ਪਰਫਾਰਮ ਕੀਤਾ, ਬੜਾ ਵਧੀਆ ਅਸਰਟ ਕੀਤੇ ਆਪਦੇ ਪੁਆਇੰਟ, ਬੜੇ ਫਰਮ ਰਹੇ, ਤੇ ਮੈਂ ਕਿਸਾਨ ਯੂਨੀਅਨ ਲੀਡਰਸ਼ਿਪ ਨੂੰ ਇਸ ਗੱਲ ਦੀ ਉਹਨਾਂ ਦੀ ਸ਼ਲਾਘਾ ਕਰਦਾ। ਸਾਡੀ ਲੀਡਰਸ਼ਿਪ ਨੇ, ਅਸੀਂ ਅੰਦਰ ਜਿਵੇਂ ਮਰਜ਼ੀ ਆਪਸ 'ਚ ਇਕੱਠੇ ਹੋਈਏ ਨਾ ਹੋਈਏ, ਉਹ ਗੱਲ ਬਾਹਰ ਹੀ ਜਿਹੜਾ ਮੋਰਚੇ ਦੀ ਸਾਡੀ ਪੋਜੀਸ਼ਨ ਆ ਉਹ ਬਹੁਤ ਮਜ਼ਬੂਤ ਹੋ ਗਈ ਆ ਜੀ, ਜਿਹੜੀ ਸਾਡੇ ਲਈ ਕੀ ਗੱਲ ਆ ਤੇ ਸਰਕਾਰ ਲਈ ਚਿੰਤਾਜਨਕ। ਜੇ ਤੁਸੀਂ ਕਹੋ ਸਰਕਾਰ ਤੇ ਫਰਕ ਨਹੀਂ ਪੈ ਰਿਹਾ, ਸਰਕਾਰ ਤੇ ਬਹੁਤ ਜ਼ਿਆਦਾ ਫਰਕ ਪੈ ਰਿਹਾ। ਇਸ ਟਾਈਮ ਸਰਕਾਰ ਹੁਣ ਆਪਦਾ ਪੂਰਾ ਵਾਹ ਲਾ ਰਹੀ ਆ ਵੀ ਇਸ ਐਜੀਟੇਸ਼ਨ ਨੂੰ ਖਤਮ ਕਿਵੇਂ ਕੀਤਾ ਜਾਵੇ। ਉਹ ਹਜੇ ਤੱਕ ਵੀ ਕਹਿ ਰਹੇ ਆ ਕਿਸਾਨ ਗੁੰਮਰਾਹ ਹੋਏ ਹੋਏ ਆ, ਜਿਹੜੀ ਅਗਵਾਹੀ ਕਰ ਰਹੀ ਟੀਮ ਆ ਉਹ ਪੋਲੀਟੀਕਲੀ ਡਿਜ਼ਾਈਨਡ ਆ, ਉਹ ਪੋਲੀਟੀਕਲੀ ਮੋਟੀਵੇਟਡ ਆ। ਮੈਂ ਕਹਿੰਦਾ ਪੋਲੀਟੀਕਲੀ ਮੋਟੀਵੇਟਡ ਜੋ ਮਰਜ਼ੀ ਹੋਵੇ, ਇੱਥੇ
अज जो फैसला हो रहा वह संगत का हो रहा, संगत ही फैसले लै रही है। जदों संगत दे हाथ च डोर है ना, और संगत दे हाथ च डोर किवें आ, अकाल पुरख वाहिगुरु संगत दे थ्रू आपदे फैसले करा रहा, जो फैसले लोगों के हक च होने चाहिए आ। मैं वार वार इसे करके कहना हूं, इतने तो रब की मेहर आ, तो वह वर वह कला वरत रही आ। अपना टाइम दिता जी, थैंक यू, थैंक यू सो मच, थैंक यू जी, वाहिगुरु जी का खालसा।